ਸਤਿ ਸ਼੍ਰੀ ਅਕਾਲ ਜੀ, ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ, ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ। ਕੀ ਹੋ ਰਿਹਾ ਸਿਆਸਤ ਦੇ ਵਿੱਚ ਇਸ ਵੇਲੇ? ਬਹੁਤ ਵੱਡਾ ਸਵਾਲ ਹੈ ਜੋ ਮੈਂ ਤੁਹਾਨੂੰ ਵੀ ਪੁੱਛ ਰਹੀ ਹਾਂ ਅਤੇ ਤੁਸੀਂ ਵੀ ਜ਼ਰੂਰ ਦੱਸਿਓ। ਕਿਉਂ? ਪਹਿਲਾਂ ਤਾਂ ਦੇਖਿਆ ਜਾ ਰਿਹਾ ਕਿ ਕੋਈ ਸਿਕਿਉਰਟੀਆਂ ਲੈ ਰਿਹਾ, ਕੋਈ ਸਿਕਿਉਰਟੀਆਂ ਦੇ ਰਿਹਾ, ਕੋਈ ਪਾਰਟੀ ਛੱਡ ਕੇ, ਆਮ ਆਦਮੀ ਪਾਰਟੀ ਛੱਡ ਕੇ ਜਾਂ ਕਾਂਗਰਸ ਛੱਡ ਕੇ ਬੀਜੇਪੀ 'ਚ ਜਾ ਰਿਹਾ, ਕੋਈ ਬੀਜੇਪੀ ਨੂੰ ਪਹਿਲਾਂ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਉਂਦਾ ਅਤੇ ਉਸ ਤੋਂ ਬਾਅਦ ਫਿਰ ਉਹ ਵਾਪਸ ਘਰ ਚਲਾ ਜਾਂਦਾ, ਆਪਣੇ ਮਤਲਬ ਘਰ ਵਾਪਸੀ ਕਰ ਲੈਂਦਾ, ਯਾਨੀ ਕਿ ਬੀਜੇਪੀ 'ਚ ਚਲਾ ਜਾਂਦਾ। ਮਤਲਬ ਸਿਆਸਤ ਦੇ ਵਿੱਚ ਇਸ ਕਦਰ ਫੇਰ ਬਦਲ ਹੁੰਦਾ ਪਿਆ, ਮਤਲਬ ਗੁੱਥੀ ਇਸ ਤਰ੍ਹਾਂ ਉਲਝੀ ਹੋਈ ਹੈ, ਇਹ ਤਾਂ ਸਾਰਿਆਂ ਨੂੰ ਹੀ ਹੈਰਾਨ ਕਰ ਦੇਵੇਗੀ ਕਿ ਐਤਕੀ ਲੋਕ ਸਭਾ ਚੋਣਾਂ ਦੇ ਵਿੱਚ ਹੋਣ ਕੀ ਵਾਲਾ ਹੈ। ਕਿਉਂਕਿ ਇਹ ਵਾਲੀਆਂ ਲੋਕ ਸਭਾ ਚੋਣਾਂ ਜਿਹੜੀਆਂ ਨੇ ਨਾ 2024 ਦੀਆਂ, ਇਹ ਹਰ ਇੱਕ ਨੂੰ ਕਨਫਿਊਜ਼ ਕਰ ਰਹੀ ਹੈ। ਆਪਾਂ ਪਾਰਟੀ ਦੇਖ ਕੇ ਵੋਟ ਪਾਈਏ ਜਾਂ ਆਪਾਂ ਬੰਦਾ ਦੇਖ ਕੇ ਵੋਟ ਪਾਈਏ, ਆਪਾਂ ਬੀਜੇਪੀ ਲਿਆਉਣੀ ਹੈ, ਆਪਾਂ ਆਮ ਆਦਮੀ ਪਾਰਟੀ ਲਿਆਉਣੀ ਹੈ ਜਾਂ ਆਪਾਂ ਕਾਂਗਰਸ ਲਿਆਉਣੀ ਹੈ। ਇਹ ਨਾ ਇਸ ਵੇਲੇ ਹਰ ਇੱਕ ਲਈ ਕਨਫਿਊਜ਼ਿੰਗ ਹੁੰਦਾ ਜਾ ਰਿਹਾ ਕਿ ਆਪਾਂ ਕਿਸ ਦੇ ਲਈ ਕੰਮ ਕਰੀਏ, ਕਿਸ ਨੂੰ ਵੋਟ ਪਾਈਏ। ਮੁੱਦਾ ਇਹ ਹੈ ਅੱਜ ਸਿਕਿਉਰਟੀ ਦਾ, ਸਿਕਿਉਰਟੀ ਦਾ ਸਭ ਤੋਂ ਵੱਡਾ ਮੁੱਦਾ ਹੈ ਅੱਜ। ਕਿਉਂਕਿ ਸਵੇਰੇ ਹੀ ਅੱਜ ਦੇਖਿਆ ਗਿਆ, ਖਬਰਾਂ ਬਹੁਤ ਜ਼ਿਆਦਾ ਚੱਲੀਆਂ ਕਿ ਪਹਿਲਾਂ ਤਾਂ ਵੇਖਿਆ ਜਾਂਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਸੁਸ਼ੀਲ ਰਿੰਕੂ ਅਤੇ ਸ਼ੀਤਲ ਉਂਗਰਾਲ ਦੀ ਸਿਕਿਉਰਟੀ ਘਟਾ ਦਿੱਤੀ ਜਾਂਦੀ ਹੈ, ਉਹਨਾਂ ਦਾ ਜਿਹੜਾ ਸੁਰੱਖਿਆ ਉਹਨਾਂ ਦੀ ਘਟਾ ਦਿੱਤੀ ਜਾਂਦੀ ਹੈ। ਪਰ ਉੱਥੇ ਹੀ ਕੇਂਦਰ ਕੀ ਕਰਦਾ, ਉਹਨਾਂ ਨੂੰ Y+ ਸਿਕਿਉਰਟੀ ਦੇ ਦਿੰਦਾ। ਇੱਥੇ ਹੀ ਸਵਾਲ ਉੱਠਣੇ ਸ਼ੁਰੂ ਹੋਏ, ਜਦੋਂ ਇਹਨਾਂ ਦੋਨਾਂ ਨੇ ਆਮ ਆਦਮੀ ਪਾਰਟੀ ਛੱਡੀ ਤਾਂ ਇਹਨਾਂ ਦੀ ਸਿਕਿਉਰਟੀ ਘਟਾ ਦਿੱਤੀ ਗਈ, ਪਰ ਬੀਜੇਪੀ ਕਹਿੰਦੀ ਆਪਾਂ ਆਪਣੇ ਬੰਦਿਆਂ ਨੂੰ ਇਸ ਤੋਂ ਘੱਟ ਸਿਕਿਉਰਟੀ ਕਿਉਂ ਦਈਏ, ਆਪਾਂ Y+ ਸਿਕਿਉਰਟੀ ਦੇਵਾਂਗੇ। ਇਹ ਗੱਲ ਸ਼ਾਇਦ ਬੀਜੇਪੀ ਨੇ ਸੋਚੀ ਕਿਉਂਕਿ ਉਹਨਾਂ ਨੂੰ Y+ ਸਿਕਿਉਰਟੀ ਹੁਣ ਮਿਲ ਚੁੱਕੀ ਹੈ। 11 ਕਮਾਂਡੋ ਦੋਨਾਂ ਨੂੰ ਮਿਲੇ ਨੇ, 11-11 ਕਮਾਂਡੋ ਮਿਲੇ ਨੇ। ਤੁਹਾਨੂੰ ਪਹਿਲਾਂ ਦੱਸ ਦਈਏ ਕਿ ਸਿਕਿਉਰਟੀਆਂ ਹੁੰਦੀ ਕਿੰਨੇ ਤਰ੍ਹਾਂ ਦੀਆਂ ਨੇ। ਸਿਕਿਉਰਟੀਆਂ ਹੁੰਦੀਆਂ ਨੇ 3 ਤਰ੍ਹਾਂ ਦੀਆਂ, ਜੋ ਵੱਡੀਆਂ ਸਿਕਿਉਰਟੀਆਂ ਹੁੰਦੀਆਂ ਨੇ Y+, Z, Z+। ਅਤੇ ਇਹਨਾਂ ਨੂੰ Y+ ਸਿਕਿਉਰਟੀ ਮਿਲੀ ਹੈ, ਜਿਸ ਦੇ ਵਿੱਚ 11 ਕਮਾਂਡੋ, ਬੰਦੂਕਾਂ ਵਾਲੇ 11 ਕਮਾਂਡੋ ਮਿਲੇ ਨੇ, ਕੋਈ ਇਹਨਾਂ ਦੇ ਆਸ ਪਾਸ ਭਟਕ ਵੀ ਨਹੀਂ ਸਕਦਾ। ਠੀਕ ਹੈ, ਅਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਹਨਾਂ ਦੋਨਾਂ ਦੇ ਵੱਲੋਂ, ਯਾਨੀ ਕਿ ਸੁਸ਼ੀਲ ਰਿੰਕੂ ਅਤੇ ਸ਼ੀਤਲ ਉਂਗਰਾਲ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖੀ ਗਈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹਨਾਂ ਦੀ ਸਿਕਿਉਰਟੀ ਘਟਾ ਦਿੱਤੀ ਹੈ, ਇਹਨਾਂ ਨੂੰ ਸਿਕਿਉਰਟੀ ਦਿੱਤੀ ਜਾਵੇ। ਅਤੇ ਫਿਰ ਬੀਜੇਪੀ ਆਪਣੇ ਬੰਦਿਆਂ ਦੀ ਗੱਲ ਕਿਉਂ ਨਾ ਮੰਨੇ, ਬੀਜੇਪੀ ਨੇ ਆਪਣੇ ਬੰਦਿਆਂ ਦੀ ਗੱਲ ਮੰਨੀ, ਉਹਨਾਂ ਨੂੰ Y+ ਸਿਕਿਉਰਟੀ ਪ੍ਰੋਵਾਈਡ ਕਰਾਈ, ਸਿਕਿਉਰਟੀ ਦੇ ਦਿੱਤੀ। ਅਤੇ ਜਿੱਥੇ ਇਹੀ ਗੱਲ ਹੁਣ ਲਗਾਤਾਰ ਸਿਆਸਤ ਦੇ ਵਿੱਚ, ਸਿਆਸੀ ਗਲਿਆਰਿਆਂ ਦੇ ਵਿੱਚ ਬਹੁਤ ਵੱਡਾ ਮੁੱਦਾ ਬਣ ਗਈ ਹੈ, ਕਿਉਂਕਿ ਲਗਾਤਾਰ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ, ਜਦੋਂ ਆਮ ਆਦਮੀ ਪਾਰਟੀ ਸੁਸ਼ੀਲ ਰਿੰਕੂ ਅਤੇ ਸ਼ੀਤਲ ਉਂਗਰਾਲ ਦੇ ਵੱਲੋਂ ਛੱਡੀ ਗਈ, ਤਾਂ ਬੜਾ ਹੀ ਬਵਾਲ, ਉਹਨਾਂ ਨੂੰ ਗੱਦਾਰ ਐਲਾਨ ਦਿੱਤਾ ਜਾਂਦਾ, ਉਹਨਾਂ ਦੇ ਘਰ ਦੇ ਬਾਹਰ ਪੋਸਟਰ ਲਗਾ ਦਿੱਤੇ ਜਾਂਦੇ ਨੇ, ਪ੍ਰਦਰਸ਼ਨ ਕੀਤਾ ਜਾਂਦਾ, ਜਿੱਥੋਂ ਉਹਨਾਂ ਨੇ ਰੈਲੀ ਕਰਨੀ ਹੈ ਉੱਥੇ ਪ੍ਰਦਰਸ਼ਨ ਕੀਤਾ ਜਾਂਦਾ ਹੈ ਕਿ ਇਹ ਗੱਦਾਰ ਨੇ, ਪੰਜਾਬ ਦੇ ਗੱਦਾਰ ਨੇ, ਇਹਨਾਂ ਨੇ ਪਾਰਟੀ ਛੱਡਤੀ। ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਟੀ ਘਟਾ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਵੀ ਸਵਾਲ ਉੱਠਦੇ ਹੈ ਕਿ ਜਦੋਂ ਇਹਨਾਂ ਨੇ ਪਾਰਟੀ ਛੱਡੀ ਤਾਂ ਪੰਜਾਬ ਸਰਕਾਰ ਨੇ ਇਹਨਾਂ ਦੀ ਸਿਕਿਉਰਟੀ ਘਟਾ ਦਿੱਤੀ। ਲੋ ਹੁਣ ਇਹਨਾਂ ਨੂੰ Y+ ਸਿਕਿਉਰਟੀ ਮਿਲ ਗਈ ਹੈ, ਅਤੇ ਹੁਣ ਇਹਨਾਂ ਨੂੰ ਕੋਈ ਦਿੱਕਤ ਹੈ ਨਹੀਂ। ਪਰ ਹੁਣ ਇਹ ਵੀ ਗੱਲ ਜਿਹੜੀ ਦੇਖੀ ਜਾ ਰਹੀ ਹੈ, ਤੁਹਾਨੂੰ ਦੱਸ ਦਈਏ ਕਿ ਇਹ ਕਿਹੜੀ ਕਿਹੜੀ ਪਾਰਟੀ ਛੱਡ ਕੇ ਕਿੱਥੋਂ ਆਏ ਸੀ। ਕਾਂਗਰਸ ਛੱਡ ਕੇ ਜਦੋਂ ਇਹ ਆਮ ਆਦਮੀ ਪਾਰਟੀ ਸੁਸ਼ੀਲ ਰਿੰਕੂ ਆਏ, ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਇਹ ਆਉਂਦੇ ਨੇ ਸੁਸ਼ੀਲ ਰਿੰਕੂ, ਤਾਂ ਇਹ ਕਾਂਗਰਸ ਦੇ ਗੱਦਾਰ ਹੋ ਜਾਂਦੇ ਨੇ, ਹੈ ਨਾ। ਅਤੇ ਜਦੋਂ ਬੀਜੇਪੀ ਛੱਡ ਕੇ ਜਦੋਂ ਇਹ ਸ਼ੀਤਲ ਉਂਗਰਾਲ ਆਉਂਦੇ ਨੇ, ਫਿਰ ਉਹ ਆਮ ਆਦਮੀ ਪਾਰਟੀ 'ਚ ਆ ਕੇ ਫਿਰ ਥੋੜ੍ਹਾ ਦਿਨ ਆਰਾਮ ਨਾਲ ਆਪਣਾ ਕੱਟ ਕੇ ਫਿਰ ਉਹ ਵਾਪਸ ਘਰ ਵਾਪਸੀ ਕਰ ਲੈਂਦੇ। ਮਤਲਬ ਇਹ ਦੌਰ ਇੰਨਾ ਉਲਝਿਆ ਹੋਇਆ ਚੱਲ ਰਿਹਾ ਨਾ,
ਕਿ ਲੋਕ ਆਮ ਜਨਤਾ ਇਸ ਵੇਲੇ ਕਾਫੀ ਪਰੇਸ਼ਾਨ ਦਿਖਾਈ ਦੇ ਰਹੀ ਹੈ, ਕਾਫੀ ਉਹ ਵੀ ਕਨਫਿਊਜ਼ ਹੋ ਚੁੱਕੀ ਹੈ ਕਿ ਆਪਾਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿਹਨੂੰ ਵੋਟ ਪਾਈਏ। ਪਹਿਲਾਂ ਜਾਂ ਤਾਂ ਸ਼ਕਲ ਦੇਖ ਕੇ ਵੋਟ ਪਾ ਦਿੰਦੇ ਸੀ, ਪਿੱਛੇ ਜਦੋਂ ਚੋਣਾਂ ਹੋਈਆਂ ਸੀਗੀਆਂ ਉਦੋਂ ਆਮ ਆਦਮੀ ਪਾਰਟੀ ਦੀ ਬਹੁਤ ਲਹਿਰ ਚੱਲੀ ਸੀ, ਲੋਕਾਂ ਨੇ ਨਾ ਕੈਂਡੀਡੇਟ ਦੇਖਿਆ ਨਾ ਹੋਰ ਕੁਝ ਦੇਖਿਆ, ਉਹਨਾਂ ਨੇ ਦੇਖਿਆ ਆਪਾਂ ਐਤਕੀ ਬਦਲਾਅ ਲਿਆਉਣਾ ਅਤੇ ਇਸ ਵਾਸਤੇ ਆਮ ਆਦਮੀ ਪਾਰਟੀ ਨੂੰ ਹੀ ਆਪਣੇ ਇਲਾਕੇ ਦੇ ਵਿੱਚ ਲੈ ਕੇ ਆਵਾਂਗੇ, ਯਾਨੀ ਕਿ ਪੰਜਾਬ ਦੇ ਵਿੱਚ ਆਪਣੇ ਆਮ ਆਦਮੀ ਪਾਰਟੀ ਨੂੰ ਲੈ ਕੇ ਆਵਾਂਗੇ, ਆਪਾਂ ਬਦਲਾਅ ਲਿਆਉਣਾ। ਪਰ ਉਹੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜੋ ਬਦਲਾਅ ਲਿਆਉਣ ਲਈ ਆਏ ਸੀ ਉਹੀ ਪਾਰਟੀਆਂ ਬਦਲਦੇ ਜਾ ਰਹੇ ਨੇ, ਜਿਸ ਤੋਂ ਬਾਅਦ ਪੰਜਾਬ ਸਰਕਾਰ ਉਹਨਾਂ ਦੇ ਪਹਿਲੇ ਤਾਂ ਸਿਕਿਉਰਿਟੀ ਕੱਟ ਕਰ ਦਿੰਦੀ ਹੈ, ਫਿਰ ਕੇਂਦਰ ਸਰਕਾਰ ਉਹਨਾਂ ਦੀ ਸਿਕਿਉਰਟੀਆਂ ਨੂੰ ਵਧਾ ਦਿੰਦੀ ਹੈ, ਵਾਈ ਪਲੱਸ ਸਿਕਿਉਰਟੀ ਕਰ ਦਿੰਦੀ ਹੈ। ਖੈਰ ਮੁੱਦਾ ਅੱਧਾ ਸਿਕਿਉਰਟੀਆਂ ਦਾ ਹੀ ਸੀ, ਪਰ ਮੁੱਦੇ ਸਿਆਸਤ ਦੇ ਵਿੱਚ ਕਈ ਹੁੰਦੇ ਨੇ ਜਿਸ ਨੂੰ ਇੱਕ ਵਾਰ ਦੱਸਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਜਨਤਾ ਤੱਕ ਗੱਲ ਕਿਸ ਤਰ੍ਹਾਂ ਪਹੁੰਚ ਰਹੀ ਹੈ ਇਹ ਚੀਜ਼ ਬਹੁਤ ਮਾਇਨੇ ਰੱਖਦੀ ਹੈ। ਕਿਉਂਕਿ ਜਦੋਂ ਤੋਂ ਸ਼ੀਤਲ ਅੰਗੁਰਾਲ ਅਤੇ ਸੁਸ਼ੀਲ ਰਿੰਕੂ ਨੇ ਪਾਰਟੀ ਛੱਡੀ ਹੈ ਨਾ, ਉਹ ਚੀਜ਼ ਜ਼ਿਆਦਾ ਮੁੱਦਾ ਬਣੀ ਹੈ। ਜਿਸ ਤੋਂ ਬਾਅਦ ਸ਼ੀਤਲ ਅੰਗੁਰਾਲ ਦਾ ਤਾਂ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਉਹਨਾਂ ਦੇ ਤਾਂ ਕਈ ਸਾਰੇ ਵੱਡੇ ਵੱਡੇ ਇਲਜ਼ਾਮ ਵੀ ਲੱਗ ਗਏ ਹੋਏ ਨੇ, ਆਮ ਆਦਮੀ ਪਾਰਟੀ ਨੇ ਵੀ ਵੱਡੇ ਇਲਜ਼ਾਮ ਲਗਾਏ ਨੇ ਕਿ ਆਪਾਂ ਤਾਂ ਗਲਤ ਕੈਂਡੀਡੇਟ ਰੱਖ ਰਿਹਾ ਸੀ, ਸਾਨੂੰ ਇਸ ਬਾਰੇ ਪਤਾ ਹੀ ਨਹੀਂ ਸੀਗਾ। ਪਰ ਉੱਥੇ ਜਦੋਂ ਇਹ ਬੀਜੇਪੀ 'ਚ ਜਾਂਦੇ ਨੇ ਅਤੇ ਬੀਜੇਪੀ ਵਾਲੇ ਹੁਣ ਇਹਨਾਂ ਨੂੰ ਸਿਕਿਉਰਟੀਆਂ ਦੇ ਰਹੇ ਨੇ, ਪਹਿਲਾਂ ਪੰਜਾਬ ਸਰਕਾਰ ਸਿਕਿਉਰਟੀ ਖੋਹ ਲੈਂਦੀ ਹੈ, ਬੀਜੇਪੀ ਵਾਲੇ ਸਿਕਿਉਰਟੀ ਦੇ ਦਿੰਦੇ ਆ, ਬਹੁਤ ਉਲਝਿਆ ਹੋਇਆ ਮਾਹੌਲ ਇਸ ਵੇਲੇ ਲੱਗ ਰਿਹਾ। ਪਤਾ ਨਹੀਂ ਹੁਣ ਆਉਣ ਵਾਲੀ ਇਹ 2024 ਦੀਆਂ ਜੋ ਚੋਣਾਂ ਨੇ ਹੋਰ ਕੀ ਦਿਖਾਵੇਗੀ, ਅਤੇ ਜਨਤਾ ਕਿੰਨੀ ਕੁ ਕਨਫਿਊਜ਼ ਹੈ ਇਹ ਵੀ ਨਹੀਂ ਸਮਝ ਆ ਰਿਹਾ, ਕਿਉਂਕਿ ਜਦੋਂ ਮਾਰਕੀਟ ਦੇ ਵਿੱਚ ਵਿਚਰਦੇ ਹਾਂ ਤਾਂ ਜਨਤਾ ਤਾਂ ਕੁਛ ਕਦੇ ਕੁਛ ਹੋਰ ਕਹਿੰਦੀ ਹੈ ਤਾਂ ਦੂਜੇ ਦਿਨ ਕੁਛ ਹੋਰ ਹੋਇਆ ਹੁੰਦਾ। ਹੁਣ ਜਨਤਾ ਦੇ ਹੱਥ 'ਚ ਸਾਰਾ ਕੁਛ ਕਿ ਜਨਤਾ, ਕਿਉਂਕਿ ਕਹਿੰਦੇ ਨਾ ਪਬਲਿਕ ਸਾਰਾ ਕੁਛ ਜਾਣਦੀ ਹੈ, ਤਾਂ ਪਬਲਿਕ ਹੁਣ ਕੈਂਡੀਡੇਟ ਦੇਖਦੀ ਹੈ ਜਾਂ ਪਾਰਟੀ ਦੇਖਦੀ ਹੈ, ਇਹ ਹੁਣ ਪਬਲਿਕ ਦੇ ਹੱਥ ਹੈ। ਪਬਲਿਕ ਨੂੰ ਇੱਕ ਇਹ ਵੀ ਹੈ ਕਿ ਹੁਣ ਕਿਹੜਾ ਕੈਂਡੀਡੇਟ ਕਿਹੜੀ ਪਾਰਟੀ ਪੰਜਾਬ ਦੇ ਵਿੱਚ ਲਿਆਉਣੀ ਹੈ ਜੋ ਕਿ ਲੋਕਾਂ ਦੇ ਲਈ ਸੋਚੇ, ਜੋ ਕਿ ਲੋਕਾਂ ਦੇ ਹਿੱਤ ਲਈ ਸੋਚੇ, ਇਹ ਸਭ ਤੋਂ ਵੱਡਾ ਮੁੱਦਾ ਹੈ। ਤਾਂ ਸਿਕਿਉਰਟੀਆਂ ਦਾ ਮੁੱਦਾ ਅੱਜ ਅਸੀਂ ਲੈ ਕੇ ਆਏ ਸੀ ਅਤੇ ਆ ਗੱਲਾਂ ਬਹੁਤ ਹੈਗੀਆਂ ਨੇ, ਅੱਗੇ ਫੇਰ ਕਰਾਂਗੇ ਆਉਣ ਵਾਲੇ ਐਪੀਸੋਡਸ ਦੇ ਵਿੱਚ। ਜਦ ਤੱਕ ਲਈ ਬਣੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ, ਅਤੇ ਕਮੈਂਟ ਕਰਨਾ ਨਾ ਭੁੱਲਿਓ ਤੁਹਾਡਾ ਇਹਨਾਂ ਪਾਰਟੀਆਂ ਬਾਰੇ ਕੀ ਕਹਿਣਾ।